ਸਭ ਦੇਖਣ ਸੁਣਨ ਵਾਲਿਆਂ ਦੀ ਖਿਦਮਤ 'ਚ ਸ਼ਾਹਿਦ ਮੁਸ਼ਤਾਕ ਅਸੀਂ ਸਦਰ ਸਵੀਪਰ ਯੂਨੀਅਨ ਦਾ ਸਲਾਮ ਔਰ ਮੈਂ ਸਭ ਤੋਂ ਪਹਿਲੇ ਆਪਣੀ ਗੱਲ ਦਾ ਆਗਾਜ਼ ਕਰਾਂਗਾ ਅਤੇ ਸ਼ੁਕਰੀਆ ਅਦਾ ਕਰਾਂਗਾ ਇਸ ਵਫਦ ਦਾ ਜਿਹੜਾ ਕੌਂਸਲਰ ਹਜ਼ਰਾਤ ਦਾ ਸਾਡੇ ਕੋਲ ਆਇਆ। ਮੈਂ ਗੋਗੇ ਭਾਈ ਦਾ ਸ਼ੁਕਰਗੁਜ਼ਾਰ ਹਾਂ, ਸ਼ਬਾਜ਼ ਗਿੱਲ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ, ਤਾਹਰ ਚੌਧਰੀ ਸਾਹਿਬ ਅਤੇ ਇਕਬਾਲ ਮਾਸਟਰ ਸਾਹਿਬ ਜਿਨ੍ਹਾਂ ਨੇ ਕੌਂਸਲਰ ਇਤਿਹਾਦ ਦੀ ਇੱਥੇ ਨੁਮਾਇੰਦਗੀ ਕੀਤੀ। ਉਹਦੇ ਨਾਲ ਨਾਲ ਅਸਲਮ ਜਵੇਦ ਸੰਧੂ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਕ੍ਰਿਸਚਨ ਯੰਗਸਟਰ ਮੂਵਮੈਂਟ ਨੂੰ ਸਾਡੇ ਕੋਲ ਤਸ਼ਰੀਫ ਲਿਆਏ ਨੇ। ਮੈਂ ਪਾਸਟਰ ਸਾਹਿਬਾਨ ਨੇ ਜਿਹੜੇ ਸਾਡੇ ਕੋਲ ਮੌਜੂਦ, ਇਹਨਾਂ ਦਾ ਵੀ ਮੈਂ ਸ਼ੁਕਰੀਆ ਅਦਾ ਕਰਨਾ ਵਾਂ। ਇਹਨਾਂ ਨੇ ਵੀ ਐਤਵਾਰ ਵਾਲੇ ਬਿਜ਼ੀ ਦਿਨ ਆਪਣਾ ਵਕਤ ਕੱਢਿਆ ਅਤੇ ਵੈਸੇ ਤਾਂ ਕਾਰਪੋਰੇਸ਼ਨ ਦੇ ਵਿੱਚ LWMC ਦੇ ਵਿੱਚ ਬਹੁਤ ਸਾਰੇ ਮਿਸਾਇਲ ਨੇ, ਮਿਸਾਇਲ ਦੀ ਅਮਾਜਗਾਹ ਹੈ LWMC, ਲੇਕਿਨ ਅੱਜ ਦਾ ਦਿਨ ਸਾਡਾ ਏਜੰਡਾ ਇੱਕੋ ਹੀ ਹੈ ਕਿ ਸਾਡੇ ਸੈਂਟਰੀ ਵਰਕਰਾਂ ਕੋਲੋਂ ਐਤਵਾਰ ਵਾਲੇ ਦਿਨ ਜਬਰੀ ਮੁਸ਼ੱਕਤ ਲਿੱਤੀ ਗਈ ਹੈ। ਔਰ ਗੱਲ ਸਿਰਫ ਜਬਰੀ ਮੁਸ਼ੱਕਤ ਦੇ ਉੱਤੇ ਹੀ ਖਤਮ ਨਹੀਂ, ਬਲਕਿ ਨਾਲ ਨਾਲ ਉਹਨਾਂ ਨੂੰ ਆਪਣੀ ਇਬਾਦਤ ਕਰਨ ਤੋਂ ਵੀ ਰੋਕਿਆ ਗਿਆ ਹੈ। ਇਸ ਚੀਜ਼ ਦੇ ਲਈ ਮੈਂ ਵਜ਼ੀਰ ਆਲਾ ਪੰਜਾਬ ਮਰੀਅਮ ਨਵਾਜ਼ ਸਾਹਿਬਾ ਦੇ ਨਾਲ ਦਰਖਾਸਤ ਕਰਾਂਗਾ ਕਿ ਜਨਾਬ, ਮਸੀਹਾਂ ਦੀ ਬਹੁਤ ਵੱਡੀ ਤਾਦਾਦ ਹੈ ਜਿਹੜੀ ਤੁਹਾਡੀ ਵੋਟਰ ਸਪੋਟਰ ਹੈ, ਉਹਨਾਂ ਸਾਰਿਆਂ ਦੇ ਦਿਲਾਂ ਨੂੰ ਬੜਾ ਦੁੱਖ ਪਹੁੰਚਿਆ ਹੈ ਕਿ ਤੁਹਾਡੀ ਹਕੂਮਤ ਦੇ ਤੁਹਾਡੇ ਜ਼ੇਰੇ ਸਾਇਆ ਸੈਂਟਰੀ ਵਰਕਰਾਂ ਨੂੰ ਆਪਣੀ ਹਫ਼ਤੇ 'ਚ ਮਿਲਣ ਵਾਲੀ ਇੱਕ ਛੁੱਟੀ ਦਾ ਹੱਕ ਵੀ ਨਹੀਂ ਰਿਹਾ, ਨਾਲ ਨਾਲ ਆਪਣੀ ਇਬਾਦਤ ਕਰਨ ਦੇ ਲਈ ਵੀ ਉਹਨਾਂ ਨੂੰ ਇਜਾਜ਼ਤ ਨਹੀਂ ਮਿਲਦੀ ਪਈ। ਇਹ ਇੱਕ ਲਮਹਾ ਫਿਕਰੀਆ ਹੈ, ਇਹ ਆਲਮੀ ਸਤਾ 'ਤੇ ਗੱਲ ਜਾਏਗੀ, ਇਨਸਾਨੀ ਹਕੂਕ ਦੀਆਂ ਤਨਜ਼ੀਮਾਂ ਇਹਦਾ ਨੋਟਿਸ ਲੈਣਗੀਆਂ, ਸਿਵਲ ਸੁਸਾਇਟੀ ਇਹਦਾ ਨੋਟਿਸ ਲਏਗੀ। ਅਸੀਂ ਸਹਾਫ਼ੀ ਬਰਾਦਰੀ ਨੂੰ ਵੀ ਬੁਲਾਉਂਦੇ ਹਾਂ ਕਿ ਉਹ ਵੀ ਇਸ ਗੱਲ ਦੇ ਲਈ ਅੱਗੇ ਆਉਣ, ਉਕਲਾ ਤਨਜ਼ੀਮਾਂ ਨੂੰ। ਇਹਦੇ ਇਲਾਵਾ ਹਰ ਉਹ ਬੰਦਾ ਜਿਹੜਾ ਦਰਦੇ ਦਿਲ ਰੱਖਦਾ, ਜਿਹੜਾ ਇਨਸਾਨ ਨੂੰ ਇਨਸਾਨ ਸਮਝਦਾ ਅਤੇ ਜ਼ੁਲਮ ਦੇ ਖਿਲਾਫ਼ ਬੋਲਦਾ, ਉਹਨਾਂ ਨੂੰ ਅਸੀਂ ਸਾਰਿਆਂ ਨੂੰ ਦਾਵਤ ਦਿੰਦੇ ਹਾਂ ਕਿ ਆਓ ਅਤੇ ਦੇਖੋ ਕਿ ਲਾਹੌਰ ਦੇ ਵਿੱਚ ਹੀ ਜੰਗਲ ਦਾ ਕਾਨੂੰਨ ਚੱਲ ਰਿਹਾ ਹੈ, ਲਾਹੌਰ ਦੇ ਵਿੱਚ ਜ਼ੁਲਮ ਦੀ ਹਕੂਮਤ ਚੱਲ ਰਹੀ ਹੈ, ਲਾਹੌਰ ਦੇ ਵਿੱਚ LWMC ਫਰੌਨੀਅਤ ਦੀ ਪੈਰੋਕਾਰ ਬਣੀ ਹੋਈ ਹੈ। ਅਤੇ ਤੁਹਾਡੇ ਸਭ ਦੇ ਅੱਗੇ ਰਿਕੁਐਸਟ ਹੈਗੀ ਹੈ ਕਿ ਐਤਵਾਰ ਵਾਲੇ ਦਿਨ ਸੈਂਟਰੀ ਵਰਕਰ ਕੋ ਕੰਮ ਨਾ ਕਰਵਾਇਆ ਜਾਏ, ਐਤਵਾਰ ਵਾਲੇ ਦਿਨ ਉਹਨੂੰ ਆਪਣੀ ਇਬਾਦਤ ਤੋਂ ਨਾ ਰੋਕਿਆ ਜਾਏ। ਔਰ ਸਾਨੂੰ ਇਹ ਵੀ ਪਤਾ ਹੈ ਕਿ ਤੁਸੀਂ ਨੋਟੀਫਿਕੇਸ਼ਨ 'ਤੇ ਜਾਰੀ ਕਰ ਦਿੱਤਾ ਸੀ ਐਤਵਾਰ ਨੂੰ ਕੰਮ ਲੈਣ ਦਾ, ਲੇਕਿਨ ਤੁਸੀਂ ਉਹਦੇ 'ਤੇ ਇਹ ਵੀ ਨਹੀਂ ਸ਼ੋਅ ਕੀਤਾ ਕਿ ਐਤਵਾਰ ਵਾਲੇ ਕੰਮ ਕਰਨ ਦਾ ਇਹਨਾਂ ਨੂੰ ਕੋਈ ਓਵਰ ਟਾਈਮ ਮਿਲੇਗਾ, ਕੋਈ ਇਜ਼ਾਫੀ ਚਾਰਜਸ ਤੁਸੀਂ ਇਹਨਾਂ ਨੂੰ ਦੇਵੋਗੇ, ਇਜ਼ਾਫੀ ਡਿਊਟੀ 'ਤੇ ਤੁਸੀਂ ਜ਼ਰੂਰ ਲਵੋਗੇ, ਜਬਰੀ ਤੌਰ 'ਤੇ ਲਵੋਗੇ, ਲੇਕਿਨ ਉਹਨਾਂ ਨੂੰ ਇਸ ਚੀਜ਼ ਦਾ ਕੋਈ ਮੁਆਵਜ਼ਾ ਨਹੀਂ ਦੇਵੋਗੇ। ਸਾਡੇ ਇਲਮ 'ਚ ਗੱਲ ਹੈਗੀ ਹੈ ਔਰ ਅਸੀਂ ਇਹਦੇ 'ਤੇ ਆਵਾਜ਼ ਉਠਾਉਂਦੇ ਰਵਾਂਗੇ, ਅਸੀਂ ਆਪਣੀ ਆਖਰੀ ਫਤਿਹ ਤੱਕ ਲੜਦੇ ਰਵਾਂਗੇ, ਇਹ ਸਾਡਾ ਪੈਗਾਮ ਜੇ। ਅੱਜ ਇੱਥੇ ਕੌਂਸਲਰ ਤਨਜ਼ੀਮਾਂ ਨੇ ਮੌਜੂਦ, ਅੱਜ ਇੱਥੇ ਯੰਗਸਟਰਸ ਦੀ ਤਨਜ਼ੀਮ ਮੌਜੂਦ ਹੈ, ਪਾਦਰੀ ਸਾਹਿਬਾਨ ਮੌਜੂਦ ਨੇ, ਅਤੇ ਆਏ ਦਿਨ ਇਹ ਕੰਮ ਵਧਣਾ ਹੀ ਵਧਣਾ ਹੈਗਾ। ਆਉਣ ਵਾਲੇ ਵਕਤ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਚਿੰਗਾਰੀ ਭੜਕ ਉੱਠੇਗੀ, ਇਹ ਛੋਲੇ ਬਣ ਜਾਣਗੇ ਔਰ ਅਸੀਂ ਇਹਦੇ ਤੋਂ ਪਿੱਛੇ ਨਹੀਂ ਹਟਾਂਗੇ, ਜਦੋਂ ਜਹਿਦ ਜਾਰੀ ਰਹੇਗੀ ਆਖਰੀ ਫਤਿਹ ਤੱਕ, ਖੁਦਾ ਦੇ ਫਜ਼ਲ ਦੇ ਨਾਲ।